ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾਂ ਸਾਹਮਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਹੋਵੇ ਸਿਫਤ ਖਸਮ ਦੀ ਨੂਰ ਅਰਸ਼ੋ ਪੁਰਸ਼ੋ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਮਲ ਜਨਮ ਜਨਮ ਦੀ ਕੱਟੀਐ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਉਮਕਿਓ ਹੀਓ ਮਿਲਣ ਪ੍ਰਭ ਤਾਈ ਖੋਜਤ ਚਰਿਓ ਦੇਖੋ ਪ੍ਰਿਆ ਜਾਈ ਉਮਕਿਓ ਹੀਓ ਮਿਲਣ ਪ੍ਰਭ ਤਾਈ ਖੋਜਤ ਚਰਿਓ ਦੇਖੋ ਪ੍ਰਿਆ ਜਾਈ ਸੁਣਤ ਸੰਦੇਸਰੋ ਪ੍ਰਿਆ ਗ੍ਰਹਿ ਸੇਜ ਵਿਛਾਈ ਭ੍ਰਮ ਭ੍ਰਮ ਆਇਓ ਤਉ ਨਦਰ ਨਾ ਪਾਈ ਕਿਨ ਬਿਦ ਹੀਰੋ ਧੀਰੈ ਨਿਮਾਨੋ ਮਿਲ ਸਾਜਨ ਹਉ ਤੁਝ ਕੁਰਬਾਨੋ ਰਹਾਉ ਏਕਾ ਸੇਜ ਵਿਛੀ ਧਨ ਕੰਤਾ ਧਨ ਸੁਤੀ ਪਿਰ ਸਦ ਜਾਗੰਤਾ ਪੀਓ ਮਦਰ ਧਨ ਮਤਵੰਤਾ ਧਨ ਜਾਗੈ ਜੇ ਪਿਰ ਬੋਲੰਤਾ ਭਈ ਨਿਰਾਸੀ ਬਹੁਤ ਦਿਨ ਲਾਗੇ ਦੇਸ਼ ਦਿਸੰਤਰ ਮੈਂ ਸਗਲੇ ਝਾਗੇ ਖਿਨ ਰਹਿਣ ਨਾ ਪਾਵੋ ਬਿਨ ਪੱਗ ਪਾਗੇ ਹੋਏ ਕਿਰਪਾਲ ਪ੍ਰਭ ਮਿਲ ਹੈ ਸੁਭਾਗੇ ਭਇਓ ਕਿਰਪਾਲ ਸਤ ਸੰਗ ਮਿਲਾਇਆ ਬੂਜੀ ਤਪਤ ਕਰ ਹੈ ਪਿਰ ਪਾਇਆ ਸਗਲ ਸ਼ਿੰਗਾਰ ਹੁਣ ਮੁਝੈ ਸੁਹਾਇਆ ਕਹੁ ਨਾਨਕ ਗੁਰ ਭਰਮ ਚੁਕਾਇਆ ਜਹ ਦੇਖਾਂ ਤਹੇ ਪਿਰ ਹੈ ਭਾਈ ਖੋਲਿਓ ਕਪਾਟ ਤਾਂ ਮਨ ਠਹਿਰਾਈ ਜਹ ਦੇਖਾਂ ਤਹੇ ਪਿਰ ਹੈ ਭਾਈ ਖੋਲਿਓ ਕਪਾਟ ਤਾਂ ਮਨ ਠਹਿਰਾਈ ਰਹਾਉ ਦੂਜਾ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਸ਼ੁਕਰ ਹੈ ਸਤਿਗੁਰਾਂ ਦਾ, ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਹੈ, ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦਾਰ ਬਖਸ਼ੇ ਨੇ, ਹਜ਼ੂਰ ਨੇ ਅੰਮ੍ਰਿਤ ਵੇਲੇ ਦੇ ਪਾਵਨ ਪਵਿੱਤਰ ਹੁਕਮਨਾਮੇ ਦੀ ਅਸੀਸ ਬਖਸ਼ੀ ਹੈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਇਹ ਅੰਮ੍ਰਿਤ ਬਚਨ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਗ 737 ਤੇ 738 ਦੇ ਉੱਤੇ ਅੰਕਿਤ ਹਨ। ਇਸ ਪਾਵਨ ਹੁਕਮਨਾਮੇ ਦੇ ਸ਼ਬਦ ਦੇ ਅੰਦਰ ਦੋ ਰਹਾਓ ਆਈਆਂ ਜੋ ਸ਼ਬਦ ਦਾ ਮੁੱਖ ਭਾਵ ਪ੍ਰਗਟ ਕਰਦੀਆਂ ਨੇ। ਪਹਿਲੀ ਰਹਾਓ ਸਾਡੇ ਸੰਸਾਰੀ ਜੀਵਾਂ ਦੇ ਸਾਰਿਆਂ ਦੇ ਮਨ ਦੀ ਅਵਸਥਾ ਨੂੰ ਪ੍ਰਗਟ ਕਰਦੀ ਹੈ ਕਿ ਸਾਡਾ ਮਨ, ਸਾਡੀ ਆਤਮਾ, ਸਾਡੀ ਰੂਹ, ਸਾਡਾ ਜੀਵਨ ਕਿਸੇ ਚੀਜ਼ ਦੀ ਕਮੀ ਮਹਿਸੂਸ ਕਰਦਾ ਹੈ, ਘਾਟ ਮਹਿਸੂਸ ਕਰਦਾ, ਜਿਹਦੇ ਕਰਕੇ ਆਨੰਦਿਤ ਨਹੀਂ ਹੈ, ਖੁਸ਼ ਨਹੀਂ ਹੈ, ਪ੍ਰਸੰਨ ਨਹੀਂ ਹੈ, ਤੇ ਇਹ ਦੌੜਦਾ ਭੱਜਦਾ ਫਿਰਦਾ ਹੈ, ਦੌੜਦਾ ਹੈ। ਇਹ ਦੌੜ ਭਾਵੇਂ ਕੰਮਾਂ ਕਾਰਾਂ ਦੀ ਹੈ, ਸੰਸਾਰ ਦੇ ਵਿੱਚ ਸ਼ੋਹਰਤ ਲੈਣ ਵਾਸਤੇ ਹੈ, ਮੈਂ ਉੱਚਾ ਬਣਾ, ਮੈਂ ਵੱਡਾ ਬਣਾ, ਤੇ ਇਹ ਭਾਵੇਂ ਪਰਮਾਤਮਾ ਦੀ ਖੋਜ ਦੀ ਦੌੜ ਹੈ। ਪਰ ਬਦਕਿਸਮਤੀ ਨਾਲ ਪਰਮਾਤਮਾ ਵੱਲ ਨੂੰ, ਗੁਰੂ ਵੱਲ ਨੂੰ ਦੌੜ ਤੇ ਥੋੜਿਆਂ ਦੀ ਲੱਗਦੀ ਹੈ, ਸੰਸਾਰ ਵੱਲ ਨੂੰ ਦੌੜ ਸਾਰਿਆਂ ਦੀ ਲੱਗਦੀ ਹੈ, ਕੰਮ ਕਾਰ ਨੂੰ ਦੌੜ ਸਭ ਦੀ ਲੱਗਦੀ ਹੈ। ਕੋਈ ਹੈ ਨੇ ਜੱਗ ਮੈਂ ਉੱਤਮ ਕਾਢੀ ਹੈ ਵਿਰਲੇ ਕੇ ਜਿਹੜੇ ਗੁਰੂ ਵੱਲ ਨੂੰ ਦੌੜਦੇ ਨੇ। ਤੇ ਸਾਹਿਬ ਜੀ ਪਹਿਲੀ ਰਹਾਉ ਦੀ ਪੰਕਤੀ ਵਿੱਚ ਕਹਿੰਦੇ ਨੇ, ਕਿਨ ਬਿਦ ਹੀਰੋ ਧੀਰੈ ਨਿਮਾਨੋ ਮਿਲ ਸਾਜਨ ਹੋ ਤੁਝ ਕੁਰਬਾਨੋ। ਹੇ ਮੇਰੇ ਮਾਲਕ, ਤੇਰੇ ਦਰਸ਼ਨਾਂ ਤੋਂ ਬਿਨਾਂ, ਤੇਰੀ ਰਹਿਮਤ ਤੋਂ ਬਿਨਾਂ, ਤੇਰੇ ਪਿਆਰ ਤੋਂ ਬਿਨਾਂ ਸਾਡੇ ਮਨ ਨੂੰ ਟਿਕਾਓ ਕਿਵੇਂ ਆਵੇ, ਸ਼ਾਂਤੀ ਕਿਵੇਂ ਮਿਲੇ, ਆਨੰਦ ਕਿਵੇਂ ਮਿਲੇ। ਤੇ ਤੇਰੇ ਦਰਸ਼ਨਾਂ ਤੋਂ ਬਿਨਾਂ ਇਹ ਅਵਸਥਾ ਏ, ਕਰੋ ਕਿਰਪਾ ਮਿਲ ਸਾਜਨ ਹੋਂ ਤੁਝ ਕੁਰਬਾਨੋ। ਮੇਰੇ ਪ੍ਰੀਤਮਾ, ਮਿਲ ਮੇਰੇ ਪ੍ਰੀਤਮਾ ਜੀਓ, ਹੋਂ ਤੁਧ ਬਿਨ ਖਰੀ ਨਿਮਾਣੀ, ਮੈਂ ਨੈਣੀ ਨੀਂਦ ਨਾ ਆਵੇ ਜੀਓ, ਪਾਵੇ ਅੰਨ ਨਾ ਪਾਣੀ। ਹੇ ਮੇਰੇ ਸਾਜਨ ਜੀ, ਮੇਰੇ ਸਤਿਗੁਰ ਜੀ, ਮੇਰੇ ਪ੍ਰੀਤਮਾ, ਸਾਨੂੰ ਮਿਲੋ, ਸਾਡੇ ਤੇ ਕਰੋ ਕਿਰਪਾ, ਤੁਹਾਡੇ ਨਾਲ ਪਿਆਰ ਬਣੇ। ਮਿਲ ਸਾਜਨ ਹੋਂ ਤੁਝ ਕੁਰਬਾਨੋ, ਮੈਂ ਸਦਕੇ ਜਾਵਾਂ ਤੁਹਾਡੇ ਚਰਨਾਂ ਤੋਂ, ਮੈਂ ਵੱਲ ਵੱਲ ਜਾਵਾਂ ਤੁਹਾਡੀ ਬਖਸ਼ਿਸ਼ ਤੋਂ। ਤੇ ਦੂਸਰੀ ਪੰਕਤੀ ਹੈ, ਕਿਉਂਕਿ ਸਾਡਾ ਮਨ ਸੰਸਾਰ ਵਿੱਚ ਜਿਤਨਾ ਫਸਿਆ ਹੈ, ਉਹਨਾਂ ਨਿਰੰਕਾਰ ਦੇ ਨਾਲ ਨਹੀਂ ਹੈ, ਇਸ ਕਰਕੇ ਬੇਚੈਨ। ਘਰ ਵਿੱਚ ਸਭ ਕੁਝ ਹੁੰਦਾ ਹੈ, ਬਹੁਤ ਕੁਝ ਹੁੰਦਾ ਹੈ, ਮਨ ਨੂੰ ਖੁਸ਼ੀ ਤਾਂ ਵੀ ਨਹੀਂ ਮਿਲਦੀ। ਇੱਕ ਸਾਡੇ ਘਰ ਵਿੱਚ ਕੁਝ ਨਹੀਂ ਹੈ, ਮਨ ਬੇਚੈਨ ਹੈ, ਉੱਥੇ ਪੋਸੀਬਲ ਹੈ, ਮੁਸ਼ਕਲ ਹੈ, ਕੁਛ ਖਾਣ ਨੂੰ ਨਹੀਂ, ਕੁਝ ਪਹਿਨਣ ਨੂੰ ਨਹੀਂ, ਕੁਝ ਕਰਨ ਨੂੰ ਨਹੀਂ, ਜਿਸ ਨੂੰ ਗਰੀਬੀ ਕਹਿ ਦਈਏ ਉਹ ਠੀਕ ਹੈ, ਪਰ ਘਰ ਵਿੱਚ ਸਭ ਕੁਝ ਹੀ ਹੈ, ਕਿਸੇ ਚੀਜ਼ ਦੀ ਕਮੀ ਨਹੀਂ, ਤੇ ਫਿਰ ਮਨ ਅਜੇ ਵੀ ਅਸ਼ਾਂਤ ਹੈ, ਮਨ ਅਜੇ ਵੀ ਟਿਕਾਓ ਵਿੱਚ ਨਹੀਂ, ਮਨ ਅਜੇ ਵੀ ਭਟਕਦਾ ਫਿਰਦਾ ਹੈ। ਤੇ ਸੋਚਣਾ ਪਏਗਾ ਕਿਸ ਚੀਜ਼ ਦੀ ਕਮੀ ਹੈ, ਕੀ ਘਾਟ ਹੈ, ਤੇ ਉਹ ਹੈ ਮਿਲ ਸਾਜਨ ਹੋਂ ਤੁਝ ਕੁਰਬਾਨੋ। ਪਿਆਰੇ ਪ੍ਰੀਤਮ ਦੀ ਘਾਟ ਹੈ, ਗੁਰੂ ਦਾ ਪਿਆਰ ਨਹੀਂ ਹੈ, ਗੁਰੂ ਦੀ ਅਸੀਸ ਨਹੀਂ ਹੈ, ਗੁਰੂ ਦੀ ਬਖਸ਼ਿਸ਼ ਨਹੀਂ ਹੈ, ਗੁਰੂ ਨਾਲ ਸਾਂਝ ਨਹੀਂ ਹੈ, ਸੰਸਾਰਿਕ ਪਦਾਰਥਾਂ ਨਾਲ ਸਾਂਝ ਹੈ। ਤੇ ਦੂਸਰੀ ਰਹਾਉ ਦੀ ਪੰਕਤੀ ਵਿੱਚ ਜਦੋਂ ਮਨ ਪਰਮਾਤਮਾ ਨਾਲ ਮਿਲ ਗਿਆ, ਮਨ ਦੌੜਿਆ, ਮੇਰੇ ਸਾਜਨ, ਮਿਲ ਸਾਜਨ ਹੋਂ ਤੁਝ ਕੁਰਬਾਨੋ, ਗੁਰੂ ਮਿਲਿਆ,
ਤੇ ਫਿਰ ਅਖੀਰਲੀ ਪੰਕਤੀ ਵਿੱਚ ਸਾਹਿਬ ਜੀ ਕਹਿੰਦੇ ਨੇ ਰਹਾਉ ਦੀ ਪੰਕਤੀ ਕਿ ਪਰਮਾਤਮਾ ਨੇ ਗੁਰੂ ਨੇ ਕਿਰਪਾ ਕੀਤੀ ਸਾਨੂੰ ਸਤਸੰਗਤ ਬਖਸ਼ੀ ਹੈ, ਮੈਨੂੰ ਸਤਸੰਗਤ ਨਾਲ ਮਿਲਾ ਦਿੱਤਾ ਹੈ ਤੇ ਸਾਰੀ ਅਸ਼ਾਂਤੀ ਜਿਹੜੀ ਸੀ ਉਹ ਖਤਮ ਹੋ ਗਈ ਹੈ। ਹੁਣ ਮਨ ਨੂੰ ਸ਼ਾਂਤ ਰਸ ਮਿਲ ਗਿਆ ਹੈ, ਮਨ ਨੂੰ ਆਨੰਦ ਮਿਲ ਗਿਆ ਹੈ ਸਤਸੰਗਤ ਨਾਲ ਮਿਲ ਕੇ, ਤੇ ਹੁਣ ਮੇਰਾ ਮਾਲਕ ਮੇਰੇ ਸਿਰ ਉੱਤੇ ਮਿਹਰ ਦਾ ਹੱਥ ਰੱਖਦਾ ਹੈ। ਜੇ ਦੇਖਾਂ ਤਹੇ ਪਿਰ ਹੈ ਭਾਈ, ਖੋਲਿਓ ਕਪਾਟ ਤਾਂ ਮਨ ਠਹਿਰਾਈ। ਹੁਣ ਜਿੱਧਰ ਵੀ ਦੇਖਦਾ ਮੈਨੂੰ ਗੁਰੂ ਦਾ ਪਿਆਰ ਨਜ਼ਰ ਆਉਂਦਾ ਹੈ, ਗੁਰੂ ਦੀ ਅਸੀਸ, ਗੁਰੂ ਦੀ ਬਖਸ਼ਿਸ਼, ਗੁਰੂ ਦੀ ਵਡਿਆਈ ਨਜ਼ਰ ਆਉਂਦੀ ਹੈ, ਤੇ ਖੋਲਿਓ ਕਪਾਟ। ਉਹ ਪਰਮਾਤਮਾ ਨੇ ਸਾਡੇ ਦਿਲ ਦੇ ਉਹ ਦਰਵਾਜ਼ੇ, ਉਹ ਕਪਾਟ ਖੋਲ ਦਿੱਤੇ ਨੇ ਕਿ ਜਿੱਧਰ ਵੀ ਦੇਖਦੇ ਹਾਂ ਹੁਣ ਉਹ ਗੁਰੂ ਨਜ਼ਰ ਆਉਂਦਾ ਹੈ, ਗੁਰੂ ਦਾ ਪਿਆਰ ਮਿਲਦਾ ਹੈ। ਰਹਾਉ ਦੀ ਪੰਕਤੀ ਦੂਸਰੀ ਵਾਲੀ ਇੱਕ ਆਨੰਦਮਈ ਜ਼ਿੰਦਗੀ ਨੂੰ ਪ੍ਰਗਟ ਕਰਦੀ ਹੈ ਕਿ ਸਤਸੰਗਤ ਦੇ ਨਾਲ ਮਿਲ ਕੇ, ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਜੋ ਆਨੰਦ ਮਿਲਦਾ ਹੈ ਉਹ ਹੈ ਜਹਿ ਦੇਖਾਂ ਤਹਿ ਪਿਰ ਹੈ ਭਾਈ, ਖੋਲਿਓ ਕਪਾਟ ਤਾਂ ਮਨ ਠਹਿਰਾਏ। ਤੇ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਜਦੋਂ ਮਨ ਨੂੰ ਪਤਾ ਲੱਗ ਜੇ ਨਾ ਕਿ ਮੈਂ ਭਟਕਿਆ ਹਾਂ, ਮੈਂ ਭੁੱਲਿਆ ਹਾਂ, ਮੈਂ ਬੇਚੈਨ ਹਾਂ, ਤੇ ਫਿਰ ਦੌੜ ਲੱਗਦੀ ਹੈ। ਹੁਣ ਮਹਿਸੂਸ ਹੋਇਆ ਤੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਉਮਕੇ ਉਹੀਓ ਮਿਲਣ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰਿਆ ਜਾਈ। ਉਮਕਿਓ ਮੇਰੇ ਮਨ ਅੰਦਰ ਚਾਉ ਪੈਦਾ ਹੋਇਆ, ਤਾਂਗ ਪੈਦਾ ਹੋਈ ਹੈ, ਕਾਹਦੇ ਵਾਸਤੇ? ਗੁਰੂ ਨੂੰ ਮਿਲਣ ਵਾਸਤੇ। ਸਾਡਾ ਪਰਿਵਾਰ ਥੋੜ੍ਹਾ ਜਿਹਾ ਅੱਗੇ ਪਿੱਛੇ ਹੋਵੇ, ਮਨ ਵਿੱਚ ਕਿੰਨਾ ਬੇਚੈਨੀ ਹੁੰਦੀ ਹੈ, ਕਿੰਨੇ ਦਿਨ ਹੋ ਗਏ ਕਾਲ ਨਹੀਂ ਆਈ, ਕਿੰਨੇ ਦਿਨ ਹੋਏ ਮਿਲੇ ਨਹੀਂ, ਇੱਕ ਦੂਸਰੇ ਨਾਲ ਕੰਟੈਕਟ ਨਹੀਂ ਹੋਇਆ, ਤੇ ਗੁਰੂ ਨਾਲ ਵੀ ਐਸਾ ਪਿਆਰ ਬਣਨਾ ਚਾਹੀਦਾ ਹੈ। ਜੇ ਗੁਰੂ ਨੂੰ ਪਿਤਾ ਮੰਨਿਆ ਹੈ, ਗੁਰੂ ਨੂੰ ਮਾਂ ਮੰਨਿਆ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੇ ਗੁਰੂ ਨੂੰ ਵੀ ਉਸੇ ਤਰ੍ਹਾਂ ਹੀ ਮਿਲਣ ਨੂੰ ਚਾਉ ਹੋਣਾ ਚਾਹੀਦਾ ਹੈ ਜਿਵੇਂ ਅਸੀਂ ਆਪਣੇ ਮਾਤਾ ਪਿਤਾ ਨੂੰ ਮਿਲਣ ਵਾਸਤੇ ਤੰਗਦੇ ਹਾਂ। ਇੱਕ ਮਾਤਾ ਪਿਤਾ ਆਪਣੇ ਬੱਚਿਆਂ ਵਾਸਤੇ ਤੰਗਦਾ ਹੈ, ਇਸੇ ਤਰ੍ਹਾਂ ਗੁਰੂ ਨਾਲ ਪਿਆਰ ਬਣੇ ਤੇ ਕਹਿ ਦੇਵੇ ਮਨ ਉਮਕੇ ਉਹੀਓ ਮਿਲਣ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰਿਆ ਜਾਈ। ਹੁਣ ਗੁਰੂ ਨੂੰ ਲੱਭਣ ਵਾਸਤੇ ਤੁਰੇ ਆ, ਲੱਭਣ ਦਾ ਤਰੀਕਾ ਕੀ ਹੈ ਜੀ? ਗੁਰੂ ਕੀ ਸੰਗਤ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ। ਕਦੇ ਸਮੇਂ ਹੁੰਦੇ ਸਨ ਜਦੋਂ ਇਹੋ ਜਿਹੇ ਪ੍ਰਭੂ ਪਿਆਰੇ ਘਰ ਬਾਰ ਛੱਡ ਕੇ, ਪਰਿਵਾਰ ਛੱਡ ਕੇ ਜੰਗਲਾਂ ਦੇ ਵਿੱਚ ਤੁਰ ਜਾਂਦੇ ਸਨ, ਪਹਾੜਾਂ ਤੇ ਚੜ੍ਹਦੇ ਸਨ ਸਿੱਧਾਂ ਵਾਂਗੂ, ਜੋਗੀਆਂ ਵਾਂਗੂ। ਸਤਿਗੁਰੂ ਜੀ ਨੇ ਕਿਹਾ ਨਹੀਂ ਗੁਰੂ ਪਿਆਰਿਓ, ਰੱਬ ਨੂੰ ਪਾਉਣਾ ਤੇ ਇਉਂ ਪਾਓ। ਕਹਿ ਦਿੱਤਾ ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਕਾਹੇ ਰੇ ਬੰਨ ਖੋਜਣ ਜਾਈ, ਜੰਗਲਾਂ ਵਿੱਚ ਕਾਹਦੇ ਵਾਸਤੇ ਜਾਂਦੇ ਹੋ? ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ। ਉਹ ਤੇ ਤੇਰੇ ਨਾਲ ਹੀ ਹੈ, ਤੇਰੇ ਹਿਰਦੇ ਵਿੱਚ ਹੈ ਪਰਮਾਤਮਾ। ਕਾਹਦੇ ਤੋਂ ਜੰਗਲਾਂ 'ਚ ਜਾਂਦੇ ਹੋ, ਕਾਹਦੇ ਤੋਂ ਪਹਾੜਾਂ ਤੋਂ ਚੜ੍ਹਦੇ ਹੋ? ਤੇ ਹਜ਼ੂਰ ਨੇ ਫਿਰ ਕਿਹਾ ਸਤਸੰਗਤ ਦੇ ਵਿੱਚ ਜਾ ਕੇ ਇਹ ਸੋਝੀ ਮਿਲਦੀ ਹੈ, ਇਹ ਪਿਆਰ ਮਿਲਦਾ ਹੈ, ਆਪਣਾ ਹਿਰਦੇ ਨੂੰ ਖੋਜਣ ਦਾ ਸਮਾਂ ਮਿਲਦਾ ਹੈ, ਬਖਸ਼ਿਸ਼ ਮਿਲਦੀ ਹੈ ਜਦੋਂ ਪਤਾ ਲੱਗਦਾ ਹੈ ਗੁਰ ਮੇਰੇ ਸੰਗ ਸਦਾ ਹੈ, ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ। ਤੇ ਕਹਿੰਦੇ ਨੇ ਖੋਜਤ ਚਰਿਓ ਦੇਖੋ ਪ੍ਰਿਆ ਜਾਇ। ਇੱਕ ਗੱਲ ਕਰੀਏ, ਕਦੇ ਤੇ ਬੰਦੇ ਜੰਗਲਾਂ ਵੱਲ ਵੀ ਤੁਰ ਜਾਂਦੇ ਸਨ, ਪਹਾੜਾਂ ਤੇ ਜਾਂਦੇ ਸਨ ਰੱਬ ਲੱਭਣ ਵਾਸਤੇ, ਪਰਮਾਤਮਾ ਦੀ ਬਖਸ਼ਿਸ਼ ਲੈਣ ਵਾਸਤੇ। ਅੱਜ ਸਾਨੂੰ ਘਰਾਂ ਦੇ ਵਿੱਚੋਂ ਉੱਠ ਕੇ ਗੁਰੂ ਘਰ ਜਾਣ ਦਾ ਵੀ ਸਮਾਂ ਨਹੀਂ ਮਿਲਦਾ, ਪਿਆਰ ਦਾ ਵੀ ਸਮਾਂ ਮਿਲਦਾ ਇਹ ਕਿ ਗੁਰੂ ਨਾਲ ਪਿਆਰ, ਗੁਰੂ ਨੂੰ ਮਿਲਣ ਵਾਸਤੇ ਜਾਈਏ। ਤੇ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਇਹ ਉੱਦਮ ਕੀਤਾ ਨਾ ਸੁਣਤ ਸੰਦੇਸਰੋ ਪ੍ਰਿਆ,
ग्रह सेज विछाई। उस प्यारे प्रीतम दा गुरु दा सुनेहा सुनदे आ, हिरदे रूपी घर दे अंदर एक सेज विछाई है। साडे घर मेहमान ने आना होवे, किसी गैस्ट ने आना होवे, ते घर सवारदे आ, साफ सुथरा करदे आ, बैडशीट नवीआं चेंज करदे आ, असीं भी घर मेहमाना ने आना है, ते जिस प्यारे प्रीतम ने तुहाडे हिरदे दे विच आउणा है उहनूं वी ते सवारना पएगा ना, सेवा नाल, सिमरन नाल, प्यार दे नाल उस हिरदे रूपी घर नूं सेजा दे विच विछा दिया। खोज तचरे हो देखो प्रिया जाई, सुनत संदेशरो प्रिया ग्रह सेज विछाई। हुण सेज ते विछा दित्ती पर मन अजे टिकिया ना, सतसंगत तो बिना ती होया कि ब्रह्म ब्रह्म आयो तो नदर ना पाई। पर अजे भटकदा है मन, जिन्ना चिर शब्द दे नाल प्यार नहीं जुड़िया, सिमरन दे नाल प्यार नहीं जुड़िया, कीर्तन दे नाल नेहो नहीं लगिया, कथा विचार दे नाल रस नहीं बनदा, ते मन भटकदा रहेगा। इसे करके कहिंदे ने सब ते उत्तम हर की कथा, नाम सुनत दर्द दुख लथा, ते कल युग मैं कीर्तन परदाना, गुरमुख जपिए लाए तियाना। कथा ते कीर्तन दोने ही गुरु नूं मिलान दे साधन ने, जिसनों साहब जी ने किया है कि हुण मालक मिल गया है, परमात्मा मिल गया है, गुरु मिल गया है, ते सतगुरु जी कृपा कर दे उमके ओहीओ मिलन प्रभ ताई। Desire has welled up in my mind to meet my Lord, to meet my Sadguru ji. Jadon ye pyar paida hoya, I have gone out searching to find my beloved husband. I go out to search and see my dear spouse. Sunt sandeshro प्रिया ग्रह सेज विछाई। हियरिंग माई बिलव्ड मैसेज आई हैव स्पेड आउट द काउच इन माई होम, आई हैव लेड आउट माई बेड इन माई होम। परम परम आयो तो नदर न पाई, रोमिंग एंड रेम्बलिंग आई रिटर्न्ड एंड इवन देन आई सॉ माई स्पाउस नॉट। फिर ये मन किवें तीरे, इन वट वे कैन दिस पुअर सोल ऑफ माइन टेक करेज, हाउ कैन दिस पुअर हार्ट बी कंफर्टेड, कम एंड मीट माई फ्रेंड। ओ माई सतगुरु जी, आई एम सैक्रीफाइस टू यू, मिल साजन हो तुझ कुर्बानो। एका सेज विची तन कंता, वन बेड इज स्प्रेड आउट फॉर द ब्राइड एंड हर हसबेंड लव, तन सूती फिर सद जागंता, द ब्राइड इज असलीप वाइल हर हसबेंड लॉर्ड इज ऑलवेज अवेक। पर साडी सोल, साडी आत्मा, साडा मन किहो जिहा जी, पियो मदरो तन मतवंता, तन जागे जे फिर बोलंता, द ब्राइड इज इंटॉक्सिकेटेड एज इफ शी हैज ड्रंक वाइन, द सोल ब्राइड ओनली अवेकन्स व्हेन हर हस्बैंड लॉर्ड कॉल्स टू हर। ये एक पति पत्नी वाला रिश्ता है परमात्मा नाल, कदे पिता पुत्र वर्गा है, कदे मां पुत्र वर्गा है। अज सतगुरु धन गुरु अर्जन देव जी महाराज बचपन की अवस्था है, पिता धन गुरु रामदास साहब जी दे कहन ते, आग्या करन ते कि जाओ अपने ताया जी दे नाल लाहौर जाओ, इन्हां दे पुत्र दी शादी है, शादी अटेंड करियो, शादी करवा के ये रस्म रिवाज निभा के फिर उत्थे गुरु नानक दी बाणी दा प्रचार करना, सत्संगत करना, ते जदों बुलावांगे उदों तुसीं वापस आ जाया जी। विआह कारज होए, गुरु उपदेश दे सदका धन गुरु अर्जन देव जी महाराज
ਜਵਾਨ ਨੌਜਵਾਨ ਦੀ ਅਵਸਥਾ ਹੈ, ਉਮਰ ਹੈ, ਤੇ ਜਦੋਂ ਸੰਗਤਾਂ ਨੂੰ ਇਕੱਠੀਆਂ ਕਰਦੇ ਨੇ, ਪ੍ਰਭੂ ਪਿਆਰ ਦੇ ਵਿੱਚ ਬੈਠਦੇ ਨੇ, ਸਾਰੇ ਕਹਿੰਦੇ ਵੀ ਹੈ ਤੇ ਨੌਜਵਾਨ ਹੈ, ਪਰ ਦੇਖੋ ਕੈਸੀ ਪਰਮਾਤਮਾ ਦੀ ਕਿਰਪਾ ਹੈ, ਇਹਨਾਂ ਦੇ ਹਿਰਦੇ ਤੋਂ ਕੈਸੇ ਪਿਆਰ ਭਰੇ ਸ਼ਬਦ ਨਿਕਲਦੇ ਨੇ। ਸਮਾਂ ਬਤੀਤ ਹੋਇਆ, ਗੁਰੂ ਨੂੰ ਮਿਲਣ ਵਾਸਤੇ ਮਨ ਤੜਪਿਆ, ਕਈ ਦਿਨ ਲੱਗ ਗਏ, ਜਿਵੇਂ ਇਸੇ ਸ਼ਬਦ ਵਿੱਚ ਪੰਕਤੀ ਆਉਂਦੀ ਹੈ, ਭਈ ਨਿਰਾਸੀ ਬਹੁਤ ਦਿਨ ਲੱਗ ਗਏ। ਕਦੇ ਗੁਰੂ ਨੂੰ ਮਿਲਣ ਵਾਸਤੇ ਵੀ ਇਹੋ ਜਿਹਾ ਬਚਨ ਮੂੰਹ ਚੋਂ ਨਿਕਲੇ, ਕਈ ਦਿਨ ਹੋ ਗਏ ਨੇ ਗੁਰਦੁਆਰੇ ਨਹੀਂ ਗਏ, ਕਈ ਕਦੇ ਮਨ ਵਿੱਚੋਂ ਇਹ ਸ਼ਬਦ ਨਿਕਲਣ, ਕਈ ਦਿਨ ਹੋ ਗਏ ਨੇ ਗੁਰੂ ਦੀ ਬਖਸ਼ਿਸ਼ ਤੋਂ ਲਿਆ ਨੂੰ ਦਰਸ਼ਨ ਦਿਦਾਰ ਨਹੀਂ ਹੋਏ, ਤੇ ਭਈ ਨਿਰਾਸੀ ਬਹੁਤ ਦਿਨ ਲਾਗੇ, ਦੇਸ਼ ਦਿਸੰਤਰ ਮੈਂ ਸਗਲੇ ਚਾਗੇ, ਖਿਨ ਰਹਿਣ ਨਾ ਪਾਵੋ ਬਿਨ ਪੱਗ ਪਾਗੇ। ਦਿੱਲੀ ਕਿਸੇ ਗੁਰਮੁਖ ਪਰਿਵਾਰ ਦੇ ਗ੍ਰਹਿ ਵਿਖੇ ਸਤਿਕਾਰਯੋਗ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦੇ ਨਾਲ ਜਾਣ ਦਾ ਸਮਾਂ ਬਣਿਆ। ਬੜੇ ਸ਼ਰਧਾਲੂ ਸਨ ਤੇ ਅਖੀਰ ਬਜ਼ੁਰਗੀ ਆ ਗਈ, ਸਰੀਰ ਕਮਜ਼ੋਰ ਹੋਇਆ, ਬੈੱਡ ਤੇ ਪਏ ਸਨ, ਗੁਰਦੁਆਰਾ ਸਾਹਿਬ ਨਹੀਂ ਸਨ ਆ ਸਕਦੇ, ਤੇ ਮਸਕੀਨ ਜੀ ਕਹਿਣ ਲੱਗੇ ਚਲੋ ਆਪਾਂ ਮਿਲ ਕੇ ਆਉਂਦੇ ਹਾਂ, ਸਾਲ ਬਾਅਦ ਆਈਦਾ, ਚਲੋ ਮਿਲ ਕੇ ਆਉਂਦੇ ਹਾਂ। ਗਏ, ਚਲੋ ਕੁਛ ਬਿਮਾਰੀ, ਕੁਛ ਮੁਸ਼ਕਲ ਸਰੀਰ ਦੀ, ਤੇ ਜਦੋਂ ਉਹਨਾਂ ਨੇ ਮਸਕੀਨ ਸਾਹਿਬ ਜੀ ਨੂੰ ਤੱਕਿਆ, ਸੰਗਤਾਂ ਨੂੰ ਵੇਖਿਆ ਤੇ ਭੁੱਬਾਂ ਮਾਰ ਕੇ ਰੋ ਉੱਠੇ। ਮਸਕੀਨ ਸਾਹਿਬ ਕਹਿਣ ਲੱਗੇ, ਕਹਿੰਦੇ ਵੀ ਗੁਰਮੁਖ ਪਿਆਰਿਓ, ਤੁਸੀਂ ਤੇ ਬਾਣੀ ਦੇ ਰਸਗੇ ਹੋ, ਤੁਸੀਂ ਤੇ ਨਾਮ ਦੇ ਨਾਲ ਰਸੇ ਪਏ ਹੋ, ਕਿਉਂ ਘਬਰਾਉਂਦੇ ਕਾਹਦੇ ਤੋਂ? ਇਹ ਵੀ ਤੇ ਸਟੇਜ ਆਉਣੀ ਸੀ ਨਾ, ਸਿਰ ਕੰਪਿਓ, ਪੱਗ ਡਗਮਗੇ, ਨੈਣ ਜੋਤ ਤੇ ਹੀਨ, ਇਹ ਵੀ ਤੇ ਸਮਾਂ ਆਉਣਾ ਸੀ, ਘਬਰਾਉਂਦੇ ਕਿਉਂ ਜੇ? ਕਿਉਂ ਦਿਲ ਥੋੜਾ ਕੀਤਾ ਹੈ? ਖਿੜਕ ਦੀ ਆਵਾਜ਼ ਵਿੱਚ ਕਹਿੰਦੇ ਨੇ, ਮੈਂ ਇਉਂ ਨਹੀਂ ਕਿ ਮੈਂ ਮੰਜੇ ਤੇ ਪਿਆ ਵਾਂ, ਕਿ ਇਹ ਬਜ਼ੁਰਗੀ ਆਈ ਹੈ, ਇਹ ਬਿਮਾਰੀ ਹੈ, ਕਈ ਦਿਨ ਹੋ ਗਏ ਨੇ ਮੈਂ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਦੇ ਦਰਸ਼ਨ ਨਹੀਂ ਕਰ ਸਕਿਆ, ਮੈਂ ਸੰਗਤ ਦੇ ਦਰਸ਼ਨ ਨਹੀਂ ਕਰ ਸਕਿਆ। ਇਸ ਗੱਲ ਕਰਕੇ ਮਨ ਭਰਿਆ ਹੈ, ਤੇ ਅੱਜ ਗੁਰੂ ਕੀ ਸੰਗਤ ਦੇ ਦਰਸ਼ਨ ਹੋਏ ਨੇ, ਮੈਨੂੰ ਸੰਗਤਾਂ ਨੇ ਆਣ ਕੇ ਦਰਸ਼ਨ ਦਿੱਤੇ ਨੇ, ਮੇਰਾ ਮਨ ਪ੍ਰਸੰਨ ਹੋ ਗਿਆ ਹੈ। ਤੇ ਕਦੀ ਮਨ ਇਹ ਕਹਿਓ, ਭਈ ਨਿਰਾਸੀ ਬਹੁਤ ਦਿਨ ਲੱਗ ਗਏ, ਗੁਰੂ ਨੂੰ ਮਿਲਿਆ ਨੂੰ ਕਈ ਦਿਨ ਹੋ ਗਏ ਨੇ, ਮਨ ਇਹ ਕਵੇ, ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖਰੀ ਨਿਮਾਣੀ, ਮਨ ਇਹ ਕਵੇ, ਮੈਂ ਨੈਣੀ ਨੀਂਦ ਨਾ ਆਵੇ ਜੀਓ, ਭਾਵੇ ਅੰਨ ਨਾ ਪਾਣੀ, ਨਹੀਂ ਰੋਟੀ ਪਾਣੀ ਖਾਣ ਨੂੰ ਮਨ ਕਰਦਾ, ਕਿਉਂ ਕਿ ਮੈਂ ਗੁਰੂ ਨੂੰ ਮਿਲ ਨਹੀਂ ਸਕਿਆ, ਕਈ ਦਿਨ ਹੋ ਗਏ ਨੇ, ਸੰਗਤ ਵਿੱਚ ਨਹੀਂ ਬੈਠ ਸਕਿਆ, ਕਈ ਦਿਨ ਹੋ ਗਏ ਨੇ। ਤੇ ਮੇਰੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਸੱਚੇ ਪਾਤਸ਼ਾਹ ਜੀ, ਗੁਰੂ ਰਾਮਦਾਸ ਸਾਹਿਬ ਜੀ ਨੂੰ ਯਾਦ ਕਰਦੇ ਨੇ, ਪਾਤਸ਼ਾਹ ਜੀ ਨੂੰ ਪਿਤਾ ਕਰਕੇ ਨਹੀਂ ਯਾਦ ਕਰ ਰਹੇ ਕਿ ਕਈ ਦਿਨ ਹੋ ਗਏ ਨੇ ਪਿਤਾ ਜੀ ਨੂੰ ਮਿਲੇ ਨਹੀਂ, ਨਹੀਂ, ਗੁਰੂ ਨਾਨਕ ਦਾ ਰੂਪ, ਅਕਾਲ ਪੁਰਖ ਦਾ ਰੂਪ ਸਤਿਗੁਰੂ ਜਾਣ ਕੇ ਮੰਨਦੇ ਸਨ, ਤੇ ਮੁੱਖੋਂ ਬਚਨ ਉਚਾਰਨ ਕੀਤਾ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ, ਹਉ ਕੋਲੀ ਜੀਓ ਕੋਲ ਕਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ। ਇੱਥੇ ਬਸ ਨਹੀਂ ਹੋਈ, ਮਨ ਹੋਰ ਤੜਪਿਆ, ਹੋਰ ਵਿਰਹਾ ਦੇ ਵਿੱਚ ਆਇਆ, ਬੈਰਾਗ ਵਿੱਚ ਆਇਆ, ਤੇ ਕਿਹਾ, ਮੇਰੇ ਦਾਤਾ ਜੀ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਐ ਪ੍ਰਿਆ, ਤੁਧ ਭਗਵੰਤਾ, ਮੋਹੇ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ, ਨਹੀਂ ਰਾਤ ਚੰਗੀ ਲੱਗਦੀ, ਦਿਨ ਤੇ ਨਿਕਲ ਜਾਂਦਾ ਹੈ, ਰਾਤ ਕਿਵੇਂ ਨਿਕਲੇ? ਉਹੀ ਰਾਤ ਜਿਹੜੀ ਹੈ, ਉਹੀ ਦਿਨ ਜਿਹੜਾ ਖੁਸ਼ੀਆਂ ਦਾ ਹੋਵੇ, ਪਤਾ ਨਹੀਂ ਲੱਗਦਾ ਸਮਾਂ ਕਿਵੇਂ ਨਿਕਲ ਜਾਂਦਾ ਹੈ, ਉਹੀ ਰਾਤ ਖੁਸ਼ੀ ਦੇ ਅੰਦਰ ਪਤਾ ਨਹੀਂ ਦਿਨ ਕਿਵੇਂ ਚੜ ਜਾਂਦਾ ਹੈ, ਤੇ ਜੇ ਕਿਤੇ ਦੁੱਖ ਦੀ ਘੜੀ ਹੋਵੇ ਤੇ ਰਾਤ ਮੁੱਕਣ ਚ ਨਹੀਂ ਆਉਂਦੀ। ਮੇਰੇ ਸਾਹਿਬ ਜੀ ਕਹਿੰਦੇ ਨੇ,
ਮੋਹੇ ਰਹਿਣ ਨਾ ਵਿਹਾਵੈ, ਰਾਤ ਚੰਗੀ ਨਹੀਂ ਲੱਗ ਰਹੀ, ਨੀਂਦ ਨਾ ਆਵੈ, ਬਿਨ ਦੇਖੈ ਗੁਰ ਦਰਬਾਰੇ ਜੀਓ, ਹਉ ਕੋਲੀ ਜੀਓ ਕੋਹਲ ਕੁਮਾਈ, ਤਿਸ ਸੱਚੇ ਗੁਰ ਦਰਬਾਰੇ ਜੀਓ, ਤੇਰਾ ਮੁੱਖ ਸੁਹਾਵਾ ਜੀਓ, ਸਹਿਜ ਧੁਨ ਬਾਣੀ, ਚਿਰ ਹੋਵਾ ਦੇਖੇ ਸਾਰੰਗ ਪਾਣੀ, ਤਨ ਸੋ ਦੇਸ਼ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ, ਹਉ ਕੋਲੀ ਜੀਓ ਕੋਹਲ ਕੁਮਾਈ, ਗੁਰ ਸੱਜਣ ਮੀਤ ਮੁਰਾਰੇ ਜੀਓ। ਗੁਰੂ ਨੇ ਆਵਾਜ਼ ਸੁਣੀ, ਗੁਰੂ ਨੇ ਇਹ ਪਿਆਰ ਤੱਕਿਆ। ਧੰਨ ਗੁਰੂ ਰਾਮਦਾਸ ਸਾਹਿਬ ਜੀ, ਗੁਰਸਿੱਖ ਪਿਆਰਿਆਂ ਨੂੰ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜਦੇ ਨੇ, ਭਾਈ ਗੁਰਦਾਸ ਸਾਹਿਬ ਜੀ ਨੂੰ ਭੇਜਦੇ ਨੇ, ਜਾਓ ਭਾਈ ਲੈ ਕੇ ਆਓ। ਸੰਗਤਾਂ ਗਈਆਂ, ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਲੈ ਕੇ ਆਉਂਦਾ, ਸਤਿਗੁਰ ਦੇ ਦੀਦਾਰ ਕੀਤੇ, ਦਰਸ਼ਨ ਕੀਤੇ, ਚਰਨ ਪਰਸੇ, ਚਰਨਾਂ 'ਤੇ ਮੱਥਾ ਰੱਖ ਕੇ ਮੇਰੇ ਸਾਹਿਬ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਦੇ ਕਿਸੇ ਪਿਆਰ ਦੇ ਅੰਦਰ ਮਾਨੋ ਚਰਨ ਧੋ ਦਿੱਤੇ ਵੈਰਾਗ ਦੇ ਅੰਦਰ। ਇਹ ਪੁਰਾਣੀ ਸਾਡੀ ਰੀਤੀ ਹੁੰਦੀ ਸੀ, ਬੱਚੇ ਪਿਆਰ ਕਰਦੇ ਸਨ ਪਿਤਾ ਦੇ, ਮਾਤਾ ਦੇ, ਬਜ਼ੁਰਗਾਂ ਦੇ ਚਰਨਾਂ 'ਤੇ ਮੱਥਾ ਰੱਖਦੇ ਸਨ ਮੱਥਾ ਟੇਕਣ ਦੀ। ਹੌਲੀ ਹੌਲੀ ਇਹ ਪੈਰਾਂ ਤੋਂ ਚੱਲ ਕੇ ਗੋਡਿਆਂ ਤੱਕ ਆ ਗਈ, ਅਤੇ ਅੱਜ ਤਾਂ ਦੂਰੋਂ ਹੀ ਫਤਿਹ ਕਰ ਦਿੰਦੇ ਨੇ, ਫਤਿਹ ਵੀ ਨਹੀਂ, ਗੁੱਡ ਮੋਰਨਿੰਗ, ਗੁੱਡ ਈਵਨਿੰਗ ਕਰ ਦਿੰਦੇ ਮਾਂ ਪਿਓ ਨੂੰ ਦੂਰੋਂ ਹੀ। ਅਤੇ ਇਹ ਪਿਆਰ ਘੱਟਦਾ ਜਾ ਰਿਹਾ ਡੇ ਬਾਈ ਡੇ, ਦਿਨੋ ਦਿਨ ਪਿਆਰ ਘੱਟਦਾ ਜਾਂਦਾ। ਕਦੇ ਬੱਚੇ ਮੱਥਾ ਟੇਕਦੇ ਸਨ, ਅੱਜ ਦੂਰੋਂ ਵੀ ਸਤਿ ਸ਼੍ਰੀ ਅਕਾਲ ਦੀ ਮਾਤਾ ਪਿਤਾ ਨੂੰ। ਅਤੇ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਰਾਮਦਾਸ ਸਾਹਿਬ ਜੀ ਦੇ ਮਨ ਨੂੰ ਅੱਖਾਂ ਦੇ ਵਿੱਚੋਂ ਨੀਰ ਵਹਿ ਵਹਿ ਕੇ, ਮੈਂ ਨੀਰ ਵਹਿ ਵਹਿ ਚੱਲੇ ਜੀਓ, ਚਰਨ ਧੋ ਦਿੱਤੇ। ਗੁਰੂ ਨੇ ਗੱਲ ਵੱਖਰੀ ਵਿੱਚ ਲਿਆ, ਪਿਆਰ ਕੀਤਾ, ਅਤੇ ਫਿਰ ਗੁਰੂ ਦੀ ਜੋ ਖੁਸ਼ੀ ਮਿਲੀ ਗੁਰੂ ਰਾਮਦਾਸ ਸਾਹਿਬ ਜੀ ਦੀ, ਫਿਰ ਸਤਿਗੁਰੂ ਜੀ ਨੇ ਕਹਿ ਦਿੱਤਾ, ਭਾਗ ਹੋਵਾ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਮੈਂ ਪਾਇਆ। ਇਹ ਚੰਗੇ ਭਾਗ, ਚੰਗੀ ਸੁਲੱਖਣੀ ਘੜੀ ਆਈ, ਮੈਨੂੰ ਗੁਰੂ ਮਿਲ ਗਿਆ। ਭਾਗ ਹੋਵਾ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਮੈਂ ਪਾਇਆ, ਮੇਰਾ ਮਾਲਕ ਮਿਲ ਗਿਆ, ਮੇਰੇ ਘਰ ਦੇ ਵਿੱਚ ਆ ਵਸਿਆ। ਆਓ ਜੀ ਤੂੰ ਆਓ ਹਮਾਰੇ, ਹਰ ਜਸ ਸਰਵਣ ਸੁਨਾਵਣਾ, ਤੁਧ ਆਵਤ ਮੇਰਾ ਮਨ ਤਨ ਹਰਿਆ, ਹਰ ਜਸ ਤੁਮ ਸੰਗ ਗਾਵਣਾ। ਤੇ ਮੇਰੇ ਸੱਚੇ ਪਾਤਸ਼ਾਹ ਜੀ ਨੇ, ਗੁਰੂ ਰਾਮਦਾਸ ਸਾਹਿਬ ਜੀ ਨੇ ਫਿਰ ਕਿਰਪਾ ਕੀਤੀ। ਅੱਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕਿਹੜੀਆਂ ਕਿਹੜੀਆਂ ਬਖਸ਼ਾਂ ਹੋਈਆਂ। ਫਿਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੈਸੀ ਰਹਿਮਤ ਕੀਤੀ, ਗੁਰੂ ਸਾਹਿਬਾਨਾਂ ਦੀ ਬਾਣੀ, ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ ਇਕੱਤਰ ਕਰਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਤਿਆਰ ਕੀਤਾ, ਪੋਥੀ ਸਾਹਿਬ ਤਿਆਰ ਕੀਤਾ। ਅੱਜ ਇਸੇ ਸਤਿਗੁਰੂ ਜੀ ਨੂੰ ਅਸੀਂ ਆਪਣਾ ਗੁਰੂ ਮੰਨ ਕੇ ਚੱਲਦੇ ਹਾਂ। ਲਿਵਿੰਗ ਗੁਰੂ ਹੈ ਇਹ, ਸਾਡਾ ਹਾਜ਼ਰ ਨਾਜ਼ਰ ਗੁਰੂ ਹੈ ਇਹ, ਸਾਡਾ ਸ਼ਬਦ ਗੁਰੂ ਹੈ ਇਹ, ਸਾਡਾ ਪ੍ਰਤੱਖ ਗੁਰੂ ਹੈ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਫਿਰ ਗੁਰਸਿੱਖ ਨੂੰ ਕਹਿ ਦਿੱਤਾ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਲੇ। ਇੱਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤੇ ਇੱਕ ਗੁਰੂ ਕੀ ਸੰਗਤ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ, ਜਮ ਤ੍ਰਾਸ ਮਿਟਾਈ ਇਹ ਗੁਰੂ ਪਿਆਰਿਓ। ਸਾਡੇ ਕੋਲ ਪਰਮਾਤਮਾ ਨਾਲ ਮਿਲਣ ਦੇ ਇਹ ਸੌਖੇ ਰਸਤੇ ਨੇ, ਅਸੀਸਾਂ ਨੇ, ਇਹ ਖਜ਼ਾਨੇ ਨੇ, ਇਹ ਇੱਕ ਜਹਾਜ਼ ਨੇ। ਕੋਸ਼ਿਸ਼ ਕਰਿਆ ਕਰੋ ਵੱਧ ਤੋਂ ਵੱਧ ਸੰਗਤ ਵਿੱਚ ਬੈਠੀਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ 'ਚ ਬੈਠ ਕੇ ਹਜ਼ੂਰ ਦੀ ਅਸੀਸ ਲਈਏ, ਪਾਠ ਕਰੀਏ, ਦਰਸ਼ਨ ਕਰੀਏ, ਚੌਰ ਸਾਹਿਬ ਚਲਾਈਏ, ਇਹ ਮੇਰਾ ਮਾਲਕ ਕਿਰਪਾ ਕਰੇ। ਅਤੇ ਗੁਰੂ ਅੱਗੇ ਅਰਦਾਸ ਕਰਿਆ ਕਰੋ ਜੀ, ਸਹੀ ਪਿਆਰੇ ਮੇਲ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.